ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਜ਼ਰੂਰਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਬਰ ਪੰਜਾਬ ਤੋਂ ਅਜਿੱਥੇ ਅਜੇ ਭਰਾ ਦੀਆਂ ਅੰਤਮ ਰਸਮਾਂ ਮੁਕੀਆਂ ਹੀ ਸੰਕੇ ਵਾਪਰ ਗਿਆ ਤੁਰੰਤ ਇਹ ਪਾਣਾ ਤਾਜ਼ਾ ਵੱਡੀ ਖਬਰ ਆ ਇਸ ਕਰਕੇ ਅੰਤ ਤੱਕ ਦੇਖ ਲਿਓ ਵੀਡੀਓ ਨੂੰ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਖਬਰ ਦੋਸਤੋ ਪੰਜਾਬ ਤੋਂ ਆ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਉਸ ਸਮੇਂ ਵਧੇਰੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਉਹ ਪਹਿਲਾ ਹੀ ਮੁਸ਼ਕਲ ਦੇ ਦੌਰ ਵਿੱਚ ਹੋਣ ਤੇ ਪ੍ਰਮਾਤਮਾ ਦੀ ਐਸੀ ਮਾਰ ਪੈਂਦੀ ਆ ਕਿ ਦੁੱਖ ਹੋਰ ਘਰ ਦੇ ਵਿੱਚ ਆ ਜਾਂਦੇ ਨੇ ਪੰਜਾਬ ਦੇ ਵਿੱਚ ਭਰਾ ਦੀਆਂ ਰਸਮਾਂ ਅਜੇ ਮੁਕੀਆਂ ਵੀ ਨਹੀਂ ਸੰਕੇ ਹੋਰ ਹਾਦਸਾ ਵਾਪਰ ਗਿਆ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜੀ ਘਟਨਾ ਬੁੱਢਲਾਡਾ ਸ਼ਹਿਰ ਤੋਂ ਆ ਜਿੱਥੇ ਤਸਵੀਰ ਇੱਕ ਔਰਤ ਦੀ ਤੁਸੀਂ ਦੇਖ ਰਹੇ ਹੋ ਜੀ ਇਸ ਔਰਤ ਦੇ ਭਰਾ ਦੀ ਮੌਤ ਤੋਂ ਬਾਅਦ ਉਸ ਦੀਆਂ ਅੰਤਮ ਰਸਮਾਂ ਕੀਤੀਆਂ ਜਾ ਰਹੀਆਂ ਸਨ। ਉਸ ਦੀਆਂ ਭੈਣਾਂ ਵਾਪਸ ਆਪਣੇ ਘਰ ਜਾ ਰਹੀਆਂ ਸਨ ਅੰਤਮ ਰਸਮਾਂ ਕਰਨ ਤੋਂ ਬਾਅਦ ਜੋ ਰਸਤੇ ਦੇ ਵਿੱਚ ਇੱਕ ਹੂਣੀ ਦਾ ਸ਼ਿਕਾਰ ਹੋ ਗਿਆ ਜਿੱਥੇ ਇੱਕ ਭੈਣ ਦੀ ਮੌਕੇ ਤੇ ਮੌਤ ਹੋ ਗਈ। ਤਿੰਨ ਭੈਣਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਰ ਚਚੇਰੀ ਭੈਣ ਆਪਣੇ ਭਰਾ ਦੀ ਅੰਤਮ ਅਰਦਾਸ ਤੋਂ ਬਾਅਦ ਆਪਣੇ ਘਰ ਜਾਣ ਦੇ ਲਈ ਬੁੱਢ ਲਾਡਾ ਦੇ ਬੱਸ ਸਟੈਂਡ ਤੇ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਨ। ਉਸ ਸਮੇਂ ਹੀ ਬੱਸ ਸਟੈਂਡ ਦੇ ਗੇਟ ਦਾ ਨਵੀਨੀਕਰਨ ਕੀਤਾ ਜਾ ਰਿਹਾ ਸੀ ਜਿੱਥੇ ਬਿਜਲੀ ਦਾ ਇੱਕ ਖੰਭਾ ਇਹਨਾਂ ਖੜੀਆਂ ਚਾਰ ਪੈਣਾ ਦੇ ਉੱਪਰ ਡਿੱਗ ਪਿਆ ਜਿੱਥੇ ਤਿੰਨ ਪੈਣਾ ਨੂੰ ਕਰੰਟ ਲੱਗਿਆ ਤੇ ਚੌਥੀ ਦੀ ਕਰੰਟ ਲੱਗਣਾ ਤੇ ਖੰਭੇ ਦੇ ਹੇਠਾਂ ਆਉਣ ਨਾਲ ਮੌਕੇ ਤੇ ਮੌਤ ਹੋ ਗਈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਇਸ ਹਾਦਸੇ ਵਿੱਚ ਜ਼ਖਮੀ ਹੋਣ ਵਾਲੀਆਂ ਤਿੰਨ ਪੈਣਾ ਨੂੰ ਬੁਡਲਾਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕ ਦੀ ਪਛਾਣ ਬਲਜੀਤ ਕੌਰ ਉਮਰ 45 ਸਾਲਾ ਪਤਨੀ RAM Singh ਦੇ ਵੱਜੂ ਹੋਈ ਆ ਸੋ ਵੱਡੀ ਦੁੱਖਦਾਈ ਖਬਰ ਆ ਜੀ ਧੰਨਵਾਦ